ਗੁਰਸੇਵ ਕਾ ਇੱਕ ਬਿਸਕੁਟ ਦਾ ਪੈਕਟ, ਇੱਕ ਦੁੱਧ ਵਾਲੀ ਸੀਵੇਂ ਦੀ। ਬੱਲੇ ਬੱਲੇ, ਪ੍ਰਾਹੁਣੇ ਆਏ ਲੱਗਦਾ ਅੱਜ। ਹੈ 2 ਮਿੰਟ ਰੁਕੀ। ਕਿੰਨੇ ਪੈਸੇ ਹੋਏ? 20 ਰੁਪਏ ਹੋਏ ਤੇਰੇ ਯਾਰ। ਪੈਸੇ ਲੱਗਦਾ ਵੱਧ ਆ ਗਏ ਯਾਰ। ਦੀਪੂ ਮੈਨੂੰ 1 ਦੇ ਭੁਲੇਖੇ 2 ਨੋਟ ਦੇ ਗਿਆ ਤੇ ਮੈਂ ਉਹਨੂੰ 80 ਰੁਪਏ ਵਾਪਸ ਕੀਤੇ। ਨਹੀਂ ਯਾਰ, ਮੈਂ ਕਿਹੜਾ ਖੋਏ ਨੇ, ਆਪੇ ਦੇ ਗਿਆ। ਮੈਂ ਕਿਹੜੀ ਕੋਈ ਚੋਰੀ ਕੀਤੀ ਆ, ਜਾਣ ਤੋਂ ਵਾਪਸ ਗੱਲੇ। ਅੱਜ ਤੇ ਪੈ ਗਈ ਦਿਹਾੜੀ ਬਾਬਾ, ਏਦਾਂ ਹੀ ਕੰਮ ਸੈੱਟ ਰੱਖਿਆ। ਯਾਰ ਬੱਲੇ, 1 ਮਿੰਟ ਗੱਲ ਸੁਣੀ। ਆ ਨਾ ਦੀਪੂ ਸਮਾਨ ਲੈ ਕੇ ਗਏ ਹੋਣੇ ਤੇ ਉਹਨੂੰ ਬੁਲਾਈ ਮਾੜਾ ਜਿਹਾ। ਹਾਂ ਗੁਰਸੇਵਕ, ਮੈਂ ਤੈਨੂੰ ਕਿੰਨੇ ਪੈਸੇ ਦਿੱਤੇ ਭਲਾ? 80 ਰੁਪਏ ਮੋੜੇ। ਯਾਰ ਤੂੰ ਨਾ ਮੈਨੂੰ 100 ਰੁਪਇਆ ਵੱਧ ਦੇ ਗਿਆ। ਮਿਹਰਬਾਨੀ ਵੀਰੇ। 100 ਬਾਪੂ ਦੀ ਦਵਾਈ ਲਿਆਉਣੀ ਸੀ। ਸ਼ੁਕਰ ਆ ਵਾਹਿਗੁਰੂ ਦਾ।